ਦਾ ਬੋਲ ਸਾਚੇ ਦਰਬਾਰ ਕੀ ਜੈ। ਸੋ ਪਿੰਡ ਡਾਂਡੇ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹਰ ਸਾਲ ਦੀ ਤਰ੍ਹਾਂ ਗੁੱਗਾ ਯਾਰ ਪੀਰ ਦੀ ਯਾਦ ਵਿੱਚ ਲੰਗਰ ਭੰਡਾਰਾ ਲਗਾਇਆ ਗਿਆ। ਸੋ ਇਸ ਲੰਗਰ ਭੰਡਾਰ ਦੇ ਵਿੱਚ ਸਮੂਹ ਗ੍ਰਾਮ ਪੰਚਾਇਤ NRI ਵੀਰਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਇਹ ਲੰਗਰ ਭੰਡਾਰਾ ਲਗਾਇਆ ਗਿਆ। ਸੋ ਸਮੂਹ ਨਗਰ ਵਾਸੀਆਂ ਦਾ, ਗ੍ਰਾਮ ਪੰਚਾਇਤ ਦਾ, NRI ਵੀਰਾਂ ਦਾ, ਸੋ ਇਲਾਕੇ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸੋ ਬਾਰਿਸ਼ ਦੇ ਕਾਰਨ ਸੋ ਥੋੜ੍ਹਾ ਕੰਮ ਮੁਲਤਵੀ ਕਰਨਾ ਪਿਆ। ਜੋ ਫ੍ਰੀ ਮੈਡੀਕਲ ਕੈਂਪ SJ ਹਸਪਤਾਲ ਕੋਟਕਪੁਰੀ ਤੋਂ ਡਾਕਟਰ ਪਰਮਿੰਦਰ ਸੂਦ ਜੀ ਵੱਲੋਂ ਲਗਾਇਆ ਜਾ ਰਿਹਾ ਸੀ, ਉਹ ਹੁਣ ਥੋੜ੍ਹਾ ਅੱਗੇ ਵਧਾ ਦਿੱਤਾ ਗਿਆ ਅਤੇ ਛਿੰਝ ਦਾ ਪ੍ਰੋਗਰਾਮ ਵੀ ਥੋੜ੍ਹਾ ਅੱਗੇ ਪਾਇਆ ਗਿਆ। ਸੋ ਉਹ ਵੀ ਅਸੀਂ ਤਰੀਕ ਮਿੱਥ ਕੇ ਸੰਗਤਾਂ ਨੂੰ ਦੱਸਾਂਗੇ ਵੀ ਕਿੰਨੀ ਤਰੀਕ ਨੂੰ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਵੇਗਾ ਅਤੇ ਕਿੰਨੀ ਤਰੀਕ ਨੂੰ ਛਿੰਝ ਮੇਲਾ ਕਰਵਾਇਆ ਜਾਵੇਗਾ। ਸੋ ਤਰੀਕ ਵੀ ਤੁਹਾਨੂੰ ਅਸੀਂ ਜਲਦੀ ਤੋਂ ਜਲਦੀ ਦੱਸਾਂਗੇ। ਸੋ ਦੁਬਾਰਾ ਅਸੀਂ ਫਿਰ ਧੰਨਵਾਦ ਕਰਦੇ ਹਾਂ ਸਮੂਹ ਸੰਗਤ ਦਾ, ਗ੍ਰਾਮ ਪੰਚਾਇਤ ਦਾ, NRI ਵੀਰਾਂ ਦਾ, ਸੋ ਜਿਹਨਾਂ ਦੇ ਸਹਿਯੋਗ ਸਦਕਾ ਹੀ ਇਹ ਲੰਗਰ ਭੰਡਾਰਾ ਕਰਵਾਇਆ ਗਿਆ। ਜਕਾਰਾ ਗੁੱਗਾ ਯਾਦਪੀਰ ਜੀ ਦਾ ਬੋਲ ਸਾਚੇ ਦਰਬਾਰ ਕੀ।